ਜ਼ਾਹਿਰ ਜਾਹਿਰ ਦੇ ਵਾਕਿਆ ਤੋਂ ਬਾਅਦ ਇਹ ਦੂਸਰਾ ਵਾਕਿਆ ਜਿਹੜਾ ਰਿਪੋਰਟ ਹੋਇਆ ਟੀਵੀ 'ਤੇ ਨੈਸ਼ਨਲ ਮੀਡੀਆ 'ਤੇ ਅਯਾਜ਼ ਮੀਰ ਸਾਹਿਬ ਦੇ ਬੇਟੇ ਦੇ ਹਵਾਲੇ ਨਾਲ ਬਦਕਿਸਮਤੀ ਨਾਲ, ਇਹਨਾਂ ਦੋਵਾਂ ਵਾਕਿਆਂ 'ਚ ਕਦਰੇ ਮੁਸ਼ਤਰਕ ਇਹ ਵੇ ਕਿ ਦੋਨਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਇਹ ਵੀ ਆਈਸ ਦਾ ਨਸ਼ਾ ਕਰਦਾ ਸੀ ਨੌਜਵਾਨ, ਉਹਦੇ ਬਾਰੇ 'ਚ ਵੀ ਇਹੀ ਮਸ਼ਹੂਰ ਸੀ। ਇਸ ਤੋਂ ਇਲਾਵਾ ਵੀ ਮੈਂ ਕੋਈ ਦੋ ਤਿੰਨ ਵਾਕਏ ਐਸੇ ਆਪਣੀ ਪਰਸਨਲ ਲਾਈਫ 'ਚ ਸੁਣ ਰੱਖੇ ਨੇ ਜਿੱਥੇ ਆਈਸ ਦਾ ਨਸ਼ਾ ਕਰਦੇ ਸਨ ਲੋਕ, ਕਿਸੇ ਨੇ ਸਿਕਿਉਰਿਟੀ ਗਾਰਡ 'ਤੇ ਟੋਰਚਰ ਕੀਤਾ, ਕਿਸੇ ਨੇ ਮੁਲਾਜ਼ਮ 'ਤੇ ਕੀਤਾ। ਤੋ ਹਸਨ ਸ਼ਬੀਰ ਰਾਣਾ ਨੇ ਇਸ ਤਰਫ ਬੜੀ ਅੱਛੀ ਤਵੱਜੋ ਦਵਾਈ ਹੈ ਸਾਇੰਟਿਫਿਕ ਨੁਕਤਾ ਨਜ਼ਰ ਦੇ ਨਾਲ ਕਿ ਇਹਦੇ 'ਤੇ ਵੀ ਤਹਿਕੀਕ ਜ਼ਰੂਰੀ ਹੈ ਕਿ ਹੀਰੋਇਨ, ਆਈਸ, ਚਰਸ ਔਰ ਇਹ ਜਿਹੜੇ ਦੀਗਰ ਨਸ਼ੇ ਨੇ ਇਹਨਾਂ 'ਚ ਕਿੰਨਾ ਕਿੰਨਾ ਦੇ ਵਿੱਚ ਇਸ ਤਰ੍ਹਾਂ ਦਾ ਰੱਦੇ ਅਮਲ ਪੈਦਾ ਹੁੰਦਾ ਹੈ ਕਿ ਬੰਦਾ ਆਪਿਓਂ ਬਾਹਰ ਹੋ ਜਾਂਦਾ ਹੈ ਔਰ ਕਿਸੇ ਦੀ ਜਾਨ ਲੈਣ 'ਤੇ ਵੀ ਤਿਆਰ ਹੋ ਜਾਂਦਾ ਔਰ ਕਿਸੇ ਕਰੀਬੀ ਤਰੀਨ ਰਿਸ਼ਤੇ ਦੀ ਵੀ। ਬਾਕੀ ਜਿਹੜੇ ਸਮਾਜੀ ਪਹਿਲੂ ਨੇ ਲੋਕ ਅਫਸੋਸ ਕਰ ਰਹੇ ਨੇ, ਵਜ੍ਹਾ ਕਰ ਰਹੇ ਨੇ, ਲੇਕਿਨ ਇਹਦਾ ਹੱਲ ਵੀ ਤਾਂ ਸਾਨੂੰ ਸੋਚਣਾ ਚਾਹੀਦਾ ਨਾ। ਦੇਖੋ ਇੱਥੇ ਕਈ ਦਹਾਈਆਂ ਤੋਂ, ਸ਼ਾਇਦ ਜਦੋਂ ਦਾ ਪਾਕਿਸਤਾਨ ਬਣਿਆ ਹੈ ਉਦੋਂ ਤੋਂ ਹੀ ਇੱਥੇ ਨਸ਼ਾ ਵਿਕ ਰਿਹਾ ਹੈ ਪੰਜਾਬ 'ਚ, ਸਿੰਧ 'ਚ, ਔਰ ਬਤਦਰੀਜ ਉਹਦੇ 'ਚ ਇਜ਼ਾਫਾ ਹੋ ਰਿਹਾ ਹੈ ਨਸ਼ਾ ਕਰਨ ਵਾਲਿਆਂ ਦੀ ਤਾਦਾਦ 'ਚ, ਨਸ਼ਾ ਵੇਚਣ ਵਾਲਿਆਂ ਦੀ ਤਾਦਾਦ 'ਚ। ਸਾਡੇ ਅਗਰ ਥਾਣਿਆਂ ਦੀ ਗੱਲ ਕਰੀਏ ਤਾਂ ਥਾਣਿਆਂ ਨੂੰ ਕੀ ਇੱਕ ਐਵਰੇਜ ਜਿਹੜਾ ਪਾਕਿਸਤਾਨੀ ਸ਼ਹਿਰੀ ਉਹਨੂੰ ਪਤਾ ਹੁੰਦਾ ਹੈ ਛੋਟੇ ਸ਼ਹਿਰਾਂ 'ਚ ਵੀ ਕਿ ਸ਼ਹਿਰ 'ਚ ਕੌਣ ਲੋਕ ਨੇ ਜਿਹੜੇ ਨਸ਼ਾ ਵੇਚ ਰਹੇ ਨੇ ਇਸ ਧੰਦੇ 'ਚ ਮੁਲਵਸ ਨੇ, ਔਰ ਥਾਣਿਆਂ ਨੂੰ ਵੀ ਜ਼ਾਹਿਰ ਪਤਾ ਹੁੰਦਾ ਹੈ ਔਰ ਸ਼ਾਇਦ ਹੀ ਕੋਈ ਇਦਾਰਾ ਐਸਾ ਹੋਵੇ, ਸਰਕਾਰੀ ਮੁਲਾਜ਼ਮ ਐਸਾ ਹੋਵੇ ਜਿਹੜਾ ਅੱਜ ਦੇ ਦੌਰ 'ਚ ਹਲਾਲ ਦੀ ਖਾ ਰਿਹਾ ਹੋਵੇ, ਹਲਾਲ ਕਰਕੇ ਖਾ ਰਿਹਾ ਹੋਵੇ, ਜਿਹੜੀ ਉਹਦੀਆਂ ਜ਼ਿੰਮੇਦਾਰੀਆਂ ਨੇ ਉਹਨਾਂ ਨੂੰ ਪੂਰਾ ਕਰ ਰਿਹਾ ਹੋਵੇ, ਔਰ ਸ਼ਾਇਦ ਉਹ ਕਰਨੀਆਂ ਚਾਹੁਣ ਵੀ। ਅਤੇ ਇਹ ਮਾਫੀਆਜ਼ ਜਿਹੜੇ ਨੇ ਇਹ ਇੰਨੇ ਮਜ਼ਬੂਤ ਨੇ, ਡਰੱਗ ਮਾਫੀਆ ਵੱਡੇ ਵੱਡੇ ਮੁਲਕਾਂ 'ਚ ਕਾਬੂ ਨਹੀਂ ਆ ਰਿਹਾ, ਅਤੇ ਬਹਰਹਾਲ ਵੱਡੇ ਮੁਲਕਾਂ 'ਚ ਹੋਰ ਬਥੇਰੀਆਂ ਚੀਜ਼ਾਂ ਨੇ ਸਾਡੇ ਜਿਹੜੇ ਕਿ ਇਹਦੇ ਮੁਤਬਾਦਲ ਦੇ ਤੌਰ 'ਤੇ ਪੇਸ਼ ਹੁੰਦੀਆਂ ਨੇ। ਸਾਡੇ ਇੱਥੇ ਉਲਮਾਏ ਇਕਰਾਮ ਜਿਹੜੇ ਨੇ ਉਹਨਾਂ ਜਮੂਦ ਦਾ ਸ਼ਿਕਾਰ ਕੀਤਾ ਹੋਇਆ, ਅਕਲ ਤੋਂ ਤਾਂ ਬਹੁਤ ਹੀ ਪੈਦਲ ਨੇ ਸਾਰੇ ਹੀ, ਕਿ ਉਹਨਾਂ ਜਮੂਦ ਦਾ ਸ਼ਿਕਾਰ ਕੀਤਾ ਹੋਇਆ ਦੀਨ ਨੂੰ, ਉਸ ਦੀਨ ਨੂੰ ਕਿ ਜਿਹੜਾ ਇੱਕ ਜਦੀਦ ਦੀਨ ਸੀ। ਇਸ ਜ਼ਹੂਰੇ ਇਸਲਾਮ ਦੇ ਵਕਤ ਜ਼ਾਹਿਰ ਸ਼ਰਾਬ ਹੀ ਇੱਕ ਸੀ ਔਰ ਸ਼ਰਾਬ ਮਨ੍ਹਾ ਫਰਮਾਈ ਗਈ ਔਰ ਨਸ਼ੇ ਦੀ ਵਜ੍ਹਾ ਤੋਂ ਹੀ ਮਨ੍ਹਾ ਫਰਮਾਈ ਗਈ, ਲੇਕਿਨ ਉਲਮਾ ਇਕਰਾਮ ਦਾ ਸਾਰਾ ਜ਼ੋਰ ਜਿਹੜਾ ਉਹ ਹਲਾਲ ਆਰਾਮ ਦੀ ਤਾਰੀਫ ਦੇ ਉੱਤੇ ਹੁੰਦਾ, ਲਿਆਦਾ ਉਹਨਾਂ ਦਾ ਫੋਕਸ ਟੋਟਲ ਜਿਹੜਾ ਉਹ ਸ਼ਰਾਬ ਦੇ ਉੱਤੇ। ਕਿਸੇ ਆਲਮ ਦੀ ਮੈਂ ਗੁਫ਼ਤਗੂ ਨਹੀਂ ਸੁਣੀ ਇਸ ਬਾਰੇ 'ਚ ਕਿ ਉਹ ਕਿਤੇ ਕਰ ਰਿਹਾ ਹੋਵੇ ਮਨ੍ਹਾ ਹੀਰੋਇਨ ਨਾ ਪੀਵੋ, ਆਇਸ ਜਿਹੇ ਨਸ਼ੇ ਨਾ ਕਰੋ, ਚਰਸ ਜਿਹੇ ਨਸ਼ੇ ਨਾ ਕਰੋ, ਹੋਰ ਜਿਹੜੇ ਦੀਗਰ ਨਸ਼ੇ ਨੇ ਉਹ ਨਾ ਕਰੋ, ਬਲਕਿ ਉਹ ਸਾਰੀ ਤਵੱਜੋ ਉਹਨਾਂ ਦੀ ਇਸੇ ਚੀਜ਼ 'ਤੇ ਹੁੰਦੀ ਹੈ ਕਿ ਸ਼ਰਾਬ ਨੂੰ ਹਰਾਮ ਕਰਾਰ ਦਿੱਤਾ ਗਿਆ ਔਰ ਇਹ ਔਰ ਉਹ। ਇਹ ਚੀਜ਼ਾਂ ਜਿਹੜੀਆਂ ਤਿੰਨ ਗੁਣਾ ਜ਼ਿਆਦਾ ਡੇਂਜਰਸ ਨਸ਼ੇ ਨੇ, ਉਸ ਤੋਂ ਜ਼ਿਆਦਾ ਨਸ਼ੇ ਨੇ, ਉਸ ਤੋਂ ਵੱਧ ਕੇ ਨਸ਼ੇ ਨੇ ਔਰ ਇਨਸਾਨੀ ਸਿਹਤ ਲਈ ਮੁਜ਼ਰ ਨੇ, ਇਹਨਾਂ ਦੇ ਉੱਤੇ ਉਹਨਾਂ ਦੀ ਕੋਈ ਤਵੱਜੋ ਹੀ ਨਹੀਂ ਔਰ ਉਹ ਆਪਣੇ ਆਪ ਨੂੰ ਆਲਮ ਔਰ ਆਲਮੇ ਦੀਨ ਕਹਿੰਦੇ ਨੇ। ਬਦਕਿਸਮਤੀ ਇਹ ਵੇ ਕਿ ਸਾਡੀ ਜਿਹੜੀ ਅਲੀਟ ਹੈ ਉਹਨੂੰ ਨਸ਼ੇ ਨੇ ਜਕੜ ਲਿਆ ਔਰ ਸਾਡੀ ਜਿਹੜੀ ਪੂਅਰ ਕਲਾਸਿਸ ਨੇ ਉਹਨਾਂ ਨੂੰ ਮੌਲਵੀ ਨੇ ਜਕੜ ਲਿਆ, 8ਵੀਂ ਪਾਸ ਮੌਲਵੀ ਨੇ, ਔਰ ਇਹ ਦੋਵੇਂ ਹੀ ਇਹਨਾਂ ਸਮਾਜੀ ਬੁਰਾਈਆਂ ਦੀ ਵਜ੍ਹਾ ਨੇ। ਅਲੀਟ ਜਿਹੜੀ ਹੈ ਉਹਨੂੰ ਉਹ ਪੜ੍ਹੀ ਲਿਖੀ ਹੈ ਲੇਕਿਨ ਉਹਨੂੰ ਬਚਾਉਣ ਵਾਸਤੇ ਰਿਆਸਤ ਦੇ ਅਮਲੀ ਇਕਦਾਮਾਤ ਕੋਈ ਨਹੀਂ ਨੇ, ਰਿਆਸਤ ਕੋਈ ਐਸੇ ਇਕਦਾਮਾਤ ਨਹੀਂ ਲੈ ਰਹੀ ਕਿ ਜਿਨ੍ਹਾਂ ਨਾਲ ਇਹਨੂੰ ਖਤਮ ਨਹੀਂ ਅਤੇ ਘੱਟ ਹੀ ਕੀਤਾ ਜਾ ਸਕੇ। ਮੈਨੂੰ ਯਾਦ ਹੈ ਉਹ ਜਿਹੜੇ ਨੇ ਇੱਕ MNA PTI ਦੇ, ਉਹਨਾਂ ਇਹ ਗੱਲ ਕੀਤੀ ਸੀ ਅਸੈਂਬਲੀ 'ਚ ਕਿ ਜੀ ਅਲੀਟ ਸਕੂਲਾਂ 'ਚ ਨਸ਼ਾ ਵਿਕ ਰਿਹਾ, ਔਰ ਬਾਕੀ ਜਮਾਤਾਂ ਦੇ ਜਿਹੜੇ MNAs ਨੇ ਉਹਨਾਂ ਉਹਨੂੰ ਸੈਕਿੰਡ ਕਰਨ ਦੀ ਬਜਾਏ ਉਹ ਬਲਕਿ ਉਲਟਾ ਉਹਦਾ ਮਜ਼ਾਕ ਉਡਾਇਆ ਗਿਆ, ਕਿਉਂਕਿ ਅਲੀਟ ਸਕੂਲ ਵੀ ਇੱਕ ਮਾਫੀਆ ਨੇ, ਸਰਮਾਇਆਦਾਰ ਮਾਫੀਆ ਨੇ, ਉਹਨਾਂ ਦੀ ਰੈਪੋ ਖਰਾਬ ਹੁੰਦੀ ਸੀ ਇਹਨਾਂ 'ਚ ਇਸ ਗੱਲ ਨਾਲ, ਲਿਹਾਜ਼ਾ ਉਸ ਗੱਲ ਨੂੰ ਬਿਲਕੁਲ ਰੱਦ ਕਰ ਦਿੱਤਾ ਗਿਆ। ਔਰ ਮੈਂ ਜ਼ਾਤੀ ਮੁਸ਼ਾਹਦੇ ਦੀ ਬੁਨਿਆਦ 'ਤੇ ਦੱਸ ਰਿਹਾ, ਇੱਥੇ ਲਾਹੌਰ 'ਚ ਜਿੰਨੇ ਅਲੀਟ ਸਕੂਲ ਨੇ ਸਭ 'ਚ ਨਸ਼ਾ ਵੇਖਦਾ ਹੈ ਔਰ ਕੋਈ ਉਹਦੀ ਕੁਛ ਪ੍ਰਤੀਤ ਨਹੀਂ ਹੈ, ਕੋਈ ਚੈੱਕ ਨਹੀਂ ਹੈ। DHA ਦੀਆਂ ਕੋਠੀਆਂ ਦੇ ਵਿੱਚ ਜਿਸ ਤਰ੍ਹਾਂ ਦੀਆਂ
डांस पार्टियां चल दियां ने और आइस ते नशे चलते ने सारे इलम च, लेकिन उत्थे पुलिस की की जरूरत? उत्थे ते एक आम आदमी मेरे तोड़े जा माड़ा बंदा DHA की सिक्योरिटी की नज़र च है, लेकिन उन्होंने तो तहफज़ हासिल है जोड़े उत्थे दो दो चार चार कनाल दियां कोठियां च खरबपति और ज़्यादातर कराचियों आए लोग भी जड़े ने उत्थे घर खरीद के बैठे ने, गैर पंजाबी इस धरती के भी नहीं ने, लेकिन वो उत्थे बैठ के इस तरह के मतलब कंजरखाने जड़े ने वो अजाशी दे अड्डे इंजॉय कर रहे ने। उन्हां दे माँ बाप कोलों प्लाजियां दे मालक ने, वो मॉल्स दे मालक ने, वो होर वड्डे कारोबारां दे मालक ने, उत्थे मौजां कर रहे ने, कोई पुछण वाला नहीं रियासत वालों। रियासत दा सारा जोर एक आम शहरी एक मिडल क्लास एक लोअर मिडल क्लास दे उत्ते पैंदा है। वो जिमें किसी ने बड़ा अच्छी वीडियो ते कमेंट किया सी के एक बंदा सैलाब च डुब रहा सी ते वो बहिंदा जांदा सी ते उहदे ते कैप्शन सी के सानू तां फेरा ही पिया है, यानी दुनिया च आ के सानू तां फेरा ही पिया है, असी आए भी गरीब सां जांदे भी इंज पै आ के कोई पुछण वाला नहीं कोई मदद करन वाला नहीं। तो ये हाल है, ये सूरत हाल है। एक आम पंजाबी जड़ा एक आम पाकिस्तानी जड़ा है वो इन्हां सियासतदाना दे पिछे लग्या हकीकी मसाइल दे उत्ते उहदी कोई टेक नहीं है। वो इमरान खान का मजाक उड़ाएगा, जरदारी का मजाक उड़ाएगा, नवाज शरीफ का मजाक उड़ाएगा, क्योंकि वो नज़रियाती तौर पर उन्हां जमा किसी एक लीडर नूं पसंद करते हैं और दूजे नू ना पसंद करते हैं, तो सारा जोर वो ना पसंदीदा लीडर से होंगे, क्योंकि पसंदीदा च तो इन्नी क्वालिटीज़ ही नहीं होंदियां कि वो उन्होंने हर वक्त डिस्कस कर सकन। तो अफसोसनाक अमर है पूरी कौम वास्ते और कौम दी बेटियां वास्ते भी। मैं बेटियां नू यही कहांगा कि तुसी शोहरत ना वेख्या करो, वड्डा प्यो ना वेख्या करो, वड्डा खानदान ना वेख्या करो, ज़हनी हमांगी वेख्या करो, इंसानियत वेख्या करो। बड़े नौजवान साढ़े पढ़े लिखे है ने जिहड़े कि उस तरह की माली हैसीयत नहीं रखते। अजकल एक लिबरल्स ने इत्थे बड़ा फैशन होया चुके हर चीज़ में कलान दा मकामी भी होए या मजहबी होए कि जी जदों तिकर सैटल नहीं होंदे उदों तिकर सैटल्ड लोगों नाल शादी करो। ये अजकल दी पढ़ी लिखी क्लास दा सबक दिता होया और सैटल्ड लोग फिर ऐसे होंदे ने कि जिहड़े धी नूं धी दी लाश ही तुहाडी दी वापस भेजदे ने। तो इन चीज़ों तों ग्रेज़ करो, रब ते यकीन रखो, शरीफ वेखो, भले मानस वेखो, किरदार ते गौर करो, करैक्टर की है बंदे दा लड़के दा। नौजवान पढ़िया लिखिया है ठीक है, तुहाडी बजाय गल उहनूं पढ़िया लिखिया होना चाहीदा है, लेकिन उनके सुलझाया होना भी गौर करो, उदा किरदार भी गौर करो और उदा जो फैमिली बैकग्राउंड भी जरूर वेखो। लेकिन सारे तो अहम वो बंदा है जिन नाल तुसी बेटी ब्याह रहे हो या बेटियां शादी कर रही ने, वो अपनी ज़हनी हमांगी वेखन बजाय इस दे कि उहदी मुआशी हालत वेख के उन्हें चूज करन। रब राखा, अपना ख्याल रखना, रब सानू सारिया नू अपने हिफ्ज़ो मान च रखे, साढ़े बालों हिदायत दिती रखे। आमीन सुमा आमीन।